ਦੇਖੋ ਵੀਰੇ, ਪਹਿਲਾਂ ਤਾਂ ਮੈਂ ਦੱਸਾਂ ਕਿ ਆਪਣੀ ਕੋਈ ਵੀ ਫਿਲਮ ਆ, ਆਪਣਾ ਇਸ ਫਿਲਮ ਦਾ ਪਰਪਸ ਬੇਸਿਕਲੀ ਤਾਂ ਮੋਟੀਵੇਸ਼ਨ ਹੀ ਆ। ਔਰ ਦੂਸਰਾ ਮੈਂ ਇੱਕ ਗੱਲ ਤੁਹਾਨੂੰ ਇਹ ਦੱਸਾਂ ਕਿ ਹਮੇਸ਼ਾ ਹੀ ਆਪਾਂ ਨੂੰ ਨਾ ਸਾਰੀ ਜ਼ਿੰਦਗੀ ਇਨਸਾਨ ਨੂੰ ਲੱਗੀ ਜਾਂਦਾ ਰਹਿੰਦਾ ਕਿ ਯਾਰ ਮੈਂ ਬੜੀ ਪ੍ਰੋਬਲਮ 'ਚ ਆ। ਤੁਸੀਂ ਤਾਂ ਹੁਣ ਕਹਿ ਰਹੇ ਹੋ, ਮੈਂ 2005 'ਚ ਆਇਆ ਸੀਗਾ ਜੀ, ਮਾਰਚ 'ਚ ਇੱਕ ਗਾਣਾ ਮੇਰਾ ਪਾਵੇਂ ਫੁਲਕਾਰੀ ਉੱਤੇ ਵੇਲ ਬੁੱਟੀਆਂ ਮਿੱਤਰਾਂ ਦੇ ਚਾਦਰੇ 'ਤੇ ਪਾ ਦੇ ਮੋਰਨੀ, ਸੁਪਰ ਹਿੱਟ ਗਾਣਾ ਸੀ ਉਸ ਟਾਈਮ, ਹਰੇਕ ਵਿਆਹ 'ਤੇ ਉਹ ਵੱਜਦਾ ਸੀ। ਮੈਂ ਉਸ ਟਾਈਮ ਕੈਨੇਡਾ 'ਚ ਸਵੇਰੇ 4 ਵਜੇ ਉੱਠਦਾ ਸੀ, ਅਖਬਾਰ ਸੁੱਟਣ ਜਾਂਦਾ ਸੀ। ਉਸ ਤੋਂ ਬਾਅਦ ਮੈਂ 9 ਕੁ ਵਜੇ ਪਹੁੰਚ ਜਾਂਦਾ ਸੀ, ਸਿਕਿਉਰਿਟੀ ਗਾਰਡ ਦੀ ਜੋਬ ਕਰਦਾ ਸੀਗਾ ਇੱਕ ਘਰ ਦੇ ਬਾਹਰ। ਸ਼ਾਮ ਨੂੰ 5 ਵਜੇ ਵਿਹਲਾ ਹੁੰਦਾ ਸੀਗਾ, ਘਰ ਜਾਂਦੇ ਸੀਗੇ ਨਹਾ ਧੋ ਕੇ ਰੈਡੀ ਸਟੱਡੀ ਹੋ ਕੇ। ਰਾਤ ਨੂੰ ਮੈਂ ਅਤੇ ਮੇਰੀ ਵਾਈਫ 1:30 ਵਜੇ ਨਿਕਲਦੇ ਸੀ, ਸਾਡੇ ਇੱਕ ਕ੍ਰਿਸਟਲ ਮੋਲ ਸੀਗਾ ਉਹਦੀ ਕਲੀਨਿੰਗ ਕਰਦੇ ਸੀਗੇ, ਉਹਦੇ ਸਾਰੀ ਮੋਪਿੰਗ ਕਰਨੀ ਪੈਂਦੀ ਸੀ, ਮੈਂ ਟੋਇਲਟ ਸਾਫ਼ ਕਰਦਾ ਸੀ, ਉਹ ਫੂਡ ਕੋਰਟ ਦੀਆਂ ਟਰੇਆਂ ਸਾਫ਼ ਕਰਦੀ ਸੀ। ਅਸੀਂ ਦੋਨੇ ਜਣੇ ਮੀਆਂ ਬੀਬੀ ਪੈਸੇ ਜੋੜਦੇ ਸੀ ਅਤੇ ਮੇਰੀ ਐਲਬਮ ਦੇ ਉੱਤੇ ਤਿਆਰ ਕਰਨ ਦੇ ਲਈ ਕਰਦੇ ਸੀ, ਪਰ ਅਸੀਂ ਖੁਸ਼ ਬਹੁਤ ਸੀ। ਮੈਨੂੰ ਐਂ ਲੱਗਦਾ ਸੀਗਾ ਕਿ ਨਹੀਂ ਯਾਰ, ਆਪਾਂ ਕਰ ਰਹੇ ਹਾਂ ਕੰਮ, ਵਿਹਲੇ ਥੋੜ੍ਹੀ ਬੈਠੇ ਹਾਂ ਡਟ ਕੇ। ਦੇਖੋ, ਕਨੇਡਾ ਆਉਣ ਦੀ ਖਾਜ ਆਪਣੇ ਹੋਈ ਆ, ਇਹ ਆਪਾਂ ਨੂੰ ਇਹ ਕਰਨੀ ਪੈਣੀ ਆ, ਕਿਸੇ ਨੇ ਨਹੀਂ ਕਰਨੀ ਹੈਗੀ। ਮਿਹਨਤ ਦਾ ਮੁੱਲ ਪੈਣਾ ਹੀ ਪੈਣਾ ਵਾ, ਮਿਹਨਤ ਦਾ ਮੁੱਲ ਪੈਣਾ ਹੈ। ਔਰ ਆਪਣੀ ਪੰਜਾਬੀ ਕੌਮ, ਜਿੱਦਾਂ ਸਰ ਦੱਸ ਕੇ ਗਏ ਸੀ ਪਹਿਲਾਂ, ਵੀ ਆਪਾਂ ਤਾਂ ਡਟੇ ਹੋਏ ਹਾਂ, ਆਪਾਂ ਕਿਸੇ ਵੀ ਮੁਕਾਮ 'ਤੇ ਹੋਈਏ ਆਪਾਂ ਡੋਲਦੇ ਨਹੀਂ ਗੇ। ਵਾਹਿਗੁਰੂ ਦਾ ਨਾਂ ਲਓ, ਮਿਹਨਤ ਕਰੋ, ਸਭ ਕੁਝ ਸੈੱਟ ਹੋ ਜਾਣਾ ਵਾ। ਔਰ ਡੈਫੀਨੇਟਲੀ ਜਿਵੇਂ ਤੁਸੀਂ ਕਿਹਾ, ਅਸੀਂ ਇੱਦਾਂ ਦੀਆਂ ਫਿਲਮਾਂ ਬਣਾਉਂਦੇ ਰਹਾਂਗੇ ਜਿਹੜੀਆਂ ਹੋਰ ਬੱਚਿਆਂ ਨੂੰ, ਯੰਗ ਜਨਰੇਸ਼ਨ ਨੂੰ ਮੋਟੀਵੇਟ ਕਰਨ, ਉਹਨਾਂ ਨੂੰ ਅੱਗੇ ਲੈ, ਉਹਨਾਂ ਦੀਆਂ ਟ੍ਰਬਲਾਂ ਨੂੰ ਆਪਾਂ ਦੂਰ ਕਰਨ ਦੀ ਕੋਸ਼ਿਸ਼ ਕਰਾਂਗੇ। ਆਪਾਂ ਜੇ ਸਮੱਸਿਆ ਦੱਸਦੇ ਹਾਂ ਤਾਂ ਅਸੀਂ ਉਹਦੇ ਹੱਲ ਵੀ ਦੱਸਣ ਦੀ ਕੋਸ਼ਿਸ਼ ਕੀਤੀ ਆ ਇਹਦੇ 'ਚ ਵੀ, ਡੈਫੀਨੇਟਲੀ। ਔਰ ਸਟੂਡੈਂਟ, ਮੈਨੂੰ ਐਂ ਲੱਗਦਾ, ਮੈਂ ਬਹੁਤ ਸਟੂਡੈਂਟਾਂ ਨੂੰ ਮਿਲਦਾ ਵਾਂ ਉੱਥੇ, ਸਰੀ ਵੀ ਬਹੁਤ ਸਰਕਲ 'ਚ ਹੈਗੇ ਨੇ, ਇੱਥੇ ਵੀ ਹੈਗੇ ਨੇ। ਸੋ ਮੈਨੂੰ ਤਾਂ ਮੇਰਾ ਪਾਸਟ ਦੇਖਦਾ ਇਹਨਾਂ 'ਚ, ਹੈ ਨਾ, ਕਿ ਮੈਂ ਯਾਰ, ਮੈਂ ਵੀ, ਅਸੀਂ ਵੀ ਇੱਦਾਂ ਸੀਗੇ, ਇਹ ਆਏ ਨੇ। ਸੋ ਮੈਂ ਆਲਵੇਜ਼ ਉਹਨਾਂ ਨੂੰ, ਸਾਡੇ ਵੱਲੋਂ, ਸਾਡੀ ਪੂਰੀ ਟੀਮ ਵੱਲੋਂ ਗੁੱਡ ਲੱਕ ਆ, ਬੈਸਟ ਵਿਸ਼ਿਸ ਆ। ਮੈਂ ਸਾਰਿਆਂ ਨੂੰ ਇਹ ਕਹੂੰਗਾ ਕਿ ਬਸ ਡਟੇ ਰਹੋ, ਆਹੀ 2-4 ਸਾਲ ਨੇ ਔਖੇ, ਉਦੋਂ ਬਾਅਦ ਸੂਤ ਆ ਜਾਣਾ ਵਾ, ਕੋਈ ਔਖਾ ਨਹੀਂ ਹੈਗਾ। ਸੋ ਫਿਰ ਵੀ ਹਲੇ ਉਹ ਤਾਂ ਵੀਜ਼ਾ ਲੈ ਕੇ ਆਏ ਨੇ, ਕਈ ਤਾਂ ਵਿਚਾਰੇ ਬਾਥਰੂਮਾਂ 'ਚ ਏਅਰਪੋਰਟ 'ਤੇ ਪਾਸਪੋਰਟ ਪਾੜ ਕੇ ਆਉਂਦੇ ਨੇ, ਹੈ ਨਾ। ਸੋ ਉਹ ਸਮੱਸਿਆ ਤਾਂ ਹਲੇ ਹੈ ਨਹੀਂ ਗੀ, ਹਲੇ ਇੱਥੇ ਪਹੁੰਚ ਗਏ ਆਪਾਂ। ਸੋ ਵਾਹਿਗੁਰੂ ਕਿਰਪਾ ਕਰੋ, ਮਿਹਨਤ ਕਰੋ, ਦੱਬ ਕੇ ਸਭ ਕੁਝ ਸੈੱਟ ਹੋ ਜਾਣਾ। ਕਿਸਮਤ, ਸਾਡੀ ਫਿਲਮ 'ਚ ਸੀ ਡਾਇਲੋਗ ਸੀ ਪਹਿਲੀ 'ਚ, ਹੈ ਨਾ, ਕਹਿੰਦਾ ਕਿਸਮਤ, ਪਤਾ ਨਹੀਂ ਉਹ ਕਿਸ ਚਿੜੀਆ ਦਾ ਨਾਮ ਹੈ ਜਿਹਨੂੰ ਅਸੀਂ, ਕਹਿੰਦਾ ਆਪਣੇ ਸਿਰ ਦੇ ਉੱਤੇ ਆਪ ਆਲਣਾ ਪਾਉਣ ਦੀ ਇਜਾਜ਼ਤ ਦੇ ਦਿੰਦੇ ਹਾਂ ਜੀ, ਕਿਆ ਬਾਤ ਹੈ। ਤਾਂ ਹੀ ਉਹਦੇ 'ਚ ਅਸੀਂ ਬਾਬਾ ਨਜ਼ਮੀ ਹੋਣਾ ਦਾ ਸ਼ੇਅਰ ਇਸਤੇਮਾਲ ਕੀਤਾ ਸੀ ਕਿ ਬੇਹਿੰਮਤੇ ਨੇ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ, ਮੇਰੇ ਤਾਂ ਮੁਕੱਦਰ ਹੀ ਮਾੜੇ ਸੀ, ਇਹੀ ਕਹਿੰਦੇ ਹਾਂ ਨਾ। ਬੇਹਿੰਮਤੇ ਨੇ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ, ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ। ਇਹਦੀਆਂ ਅਗਲੀਆਂ ਵੀ ਲਾਈਨਾਂ ਬਹੁਤ ਕਮਾਲ ਦੀਆਂ ਨੇ, ਕਹਿੰਦਾ ਮੰਜ਼ਲ ਦੇ ਮੱਥੇ ਦੇ ਉੱਤੇ ਤਖਤੀ ਲੱਗਦੀ ਉਹਨਾਂ ਦੀ, ਨੇਮ ਪਲੇਟ ਉਹਦੀ ਲੱਗਦੀ ਹੈ ਬਾਹਰ ਮੰਜ਼ਲ ਦੇ, ਮੰਜ਼ਲ ਦੇ ਮੱਥੇ ਦੇ ਉੱਤੇ ਤਖਤੀ ਲੱਗਦੀ ਉਹਨਾਂ ਦੀ, ਘਰੋਂ ਬਣਾ ਕੇ ਤੁਰਦੇ ਜਿਹੜੇ ਨਕਸ਼ਾ ਆਪਣੇ ਸਫ਼ਰਾਂ ਦਾ। ਇਹ 2 ਗੱਲਾਂ ਨੇ ਜੀ ਕਿ ਮੈਂ ਇੰਨੀ ਲੇਟ ਇਸ ਪਾਸੇ ਕਿਉਂ ਆਇਆ, ਕਿਉਂ ਇਹ ਮੈਨੂੰ ਉੱਦਾਂ ਹੀ ਹੈ ਜਿੱਦਾਂ ਕਿਸੇ ਨੂੰ ਕਹੋ ਵੀ ਤੂੰ ਇੰਨੇ ਸਾਲ ਪਹਾੜ 'ਤੇ ਚੜ੍ਹ ਕੇ ਕਿਉਂ ਨਹੀਂ ਦੇਖਿਆ, ਕਹਿੰਦਾ ਕਿਉਂਕਿ ਮੈਂ ਪਹਾੜਾਂ 'ਤੇ ਕਦੇ ਗਿਆ ਹੀ ਨਹੀਂ ਉਦੋਂ ਤੱਕ, ਜਦ ਤੱਕ ਉਹਨੂੰ ਮੌਕਾ ਹੀ ਨਹੀਂ ਮਿਲਿਆ ਇੱਕ ਥਾਂ 'ਤੇ ਜਾਣ ਦਾ, ਉਹਨੂੰ ਐਕਸਪੀਰੀਅੰਸ ਨਹੀਂ ਕਰ ਸਕਦਾ। ਸਾਡੀ ਫਿਲਮ ਇੰਡਸਟਰੀ 'ਚ ਅਜੇ ਇਸ ਤਰ੍ਹਾਂ ਦਾ ਕਰੇਜ ਨਹੀਂ ਸੀ ਹੈਗਾ ਕਿ ਇਸ ਤਰ੍ਹਾਂ ਦਾ ਸਿਨੇਮਾ ਬਣਾਵੇ, ਰਿਸਕ ਲਵੇ। ਕੋਈ ਨਹੀਂ, ਜੇ ਪੈਸੇ ਨਾ ਵੀ ਵਾਪਸ ਆਏ ਤਾਂ ਕੋਈ ਗੱਲ ਨਹੀਂ। ਸੋ ਹੰਬਲ ਮੋਸ਼ਨ ਪਿਕਚਰ ਨੇ, ਗਿੱਪੀ ਹੋਣਾ ਨੇ ਅਰਦਾਸ ਫਿਲਮ ਬਣਾਈ, ਮੈਨੂੰ ਪਲੈਟਫਾਰਮ ਮਿਲਿਆ, ਮੈਂ ਉਹਦੇ 'ਤੇ ਆਪਣਾ ਪਰਫੋਰਮ ਕੀਤਾ।
ਮੈਂ ਤੇ ਦੂਜੀ ਗੱਲ ਤੁਸੀਂ ਜਿਹੜੀ ਪੁੱਛੀ ਹੈ ਕਿ ਰਿਸਕ ਲੱਗ ਰਿਹਾ ਸੀ ਮੈਨੂੰ ਆਪਣੇ ਕਰੀਅਰ ਲਈ ਜਾਂ ਕਿੱਦਾਂ, ਮੈਂ ਦੇਖੋ ਮੈਂ ਬੇਨਤੀ ਕੀਤੀ ਸੀ 30-32 ਸਾਲ ਪਹਿਲਾਂ ਮੇਰਾ ਨਾਟਕ ਆਇਆ ਸੀ ਉਹ ਜਿਹੜਾ ਚੈਂਪੀਅਨ, ਉਦੋਂ ਤੋਂ ਲੈ ਕੇ ਅੱਜ ਤੱਕ ਮੈਂ ਰੋਟੀ ਤੁਹਾਡੀ ਖਾਧੀ ਹੈ ਹੁਣ ਤੱਕ, ਰੋਟੀ ਮੈਨੂੰ ਮਿਲ ਗਈ, ਮੇਰੇ ਬੱਚੇ ਵੀ ਵੱਡੇ ਹੋ ਗਏ ਨੇ ਹੁਣ ਤਾਂ ਮੈਂ ਜਿੱਦਾਂ ਗਿੱਪੀ ਹੁਣੀ ਦੱਸ ਰਹੇ ਸੀ ਇਹਨਾਂ ਨੇ ਕਿਵੇਂ ਹਾਰਡ ਜੋਬਸ ਕੀਤੀਆਂ ਨੇ, ਮੈਂ ਕਰਤਾਰਪੁਰ ਦੇ ਨੇੜਿਓਂ ਕੋਈ ਹੋਏਗਾ ਤਾਂ ਉਹਨਾਂ ਨੂੰ ਪਤਾ ਹੋਣਾ ਜਲੰਧਰ ਦੇ ਨੇੜੇ ਕਰਤਾਰਪੁਰ, ਉਹਦੇ ਸਬ ਤਹਿਸੀਲ ਹੁੰਦੀ ਸੀ, ਉਹਦੇ ਬਾਹਰ ਮੈਂ ਬਹਿ ਕੇ ਲੋਕਾਂ ਦੇ ਬਿਆਨੇ ਪ੍ਰਨੋਟ ਅਰਜ਼ੀਆਂ ਆੜ ਰਹਿਣ ਨਾਮੇ ਮੁਖਤਾਰਨਾਮਾ ਖਾਸ ਮੁਖਤਾਰਨਾਮੇ ਆਮ ਮੈਂ ਇਹੀ ਲਿਖਦਾ ਹੁੰਦਾ ਸੀ ਲੋਕਾਂ ਦੇ, 5-7 ਰੁਪਏ ਰੋਜ਼ ਦੇ ਮਿਲਦੇ ਹੁੰਦੇ ਸੀ, ਉੱਥੋਂ ਜ਼ਿੰਦਗੀ ਸ਼ੁਰੂ ਹੋਈ, ਮਾਲਕ ਨੇ ਸਭ ਕੁਝ ਦੇ ਦਿੱਤਾ। ਉਸ ਤੋਂ ਬਾਅਦ ਜੇ ਮੈਂ ਐਜ਼ ਐਨ ਐਕਟਰ ਨਵੇਂ ਐਕਸਪੈਰੀਮੈਂਟ ਨਹੀਂ ਕਰ ਸਕਦਾ, ਨਵੇਂ ਰਿਸਕ ਨਹੀਂ ਲੈ ਸਕਦਾ, ਤਾਂ ਫਿਰ ਮੇਰੇ ਕੰਮ ਕਰਨ ਦਾ ਫਾਇਦਾ ਨਹੀਂ ਕੋਈ, ਅਤੇ ਉਹ ਮਸਲਾ ਹੱਲ ਹੋ ਗਿਆ ਸੀ। ਅਤੇ ਹੁਣ ਦਿਲ ਕਰਦਾ ਸੀ ਕਿ ਉਹ ਸਿਨੇਮਾ ਕਰੀਏ ਜਿਹੜਾ ਸਾਡੇ ਸਿਨੇਮੇ ਨੂੰ ਇੱਕ ਇੰਟਰਨੈਸ਼ਨਲ ਲੈਵਲ 'ਤੇ ਲੈ ਕੇ ਜਾਵੇ, ਜਿੱਦਾਂ ਹੁਣ ਮਸਤਾਨੇ ਦਾ ਜ਼ਿਕਰ ਆਇਆ, ਉਸ ਤੋਂ ਪਹਿਲਾਂ ਸ਼ੁਰੂਆਤ ਹੋਈ ਅਰਦਾਸ ਵਰਗੀਆਂ ਫਿਲਮਾਂ ਤੋਂ, ਅਤੇ ਅਸੀਂ ਆਪਣੀ ਪੂਰੀ ਕੋਸ਼ਿਸ਼ ਕਰ ਰਹੇ ਹਾਂ ਕਿ ਪੰਜਾਬੀ ਸਿਨੇਮਾ ਨੈਕਸਟ ਲੈਵਲ ਤੱਕ ਲੈ ਕੇ ਜਾਈਏ। ਜਿਵੇਂ ਤੁਸੀਂ ਕਹਿ ਰਹੇ ਹੋ ਜੀ ਕਿ ਕੀ ਵੱਖ ਹੈ ਇਸ ਫਿਲਮ ਦੇ ਵਿੱਚ, ਦੇਖੋ ਫਿਲਮ ਦਾ ਜਿਹੜਾ ਮਾਹੌਲ ਹੈ ਉਹ ਤਾਂ ਮੈਂ ਚੇਂਜ ਨਹੀਂ ਕਰ ਸਕਦਾ ਜੀ, ਕਿਉਂਕਿ ਜਿਹੜੀ ਪਹਿਲੀ ਫਿਲਮ ਦਾ ਜਿਹੜਾ ਪਰਪਸ ਸੀਗਾ ਲੋਕਾਂ ਨੂੰ ਮੋਟੀਵੇਟ ਕਰਨ ਦਾ, ਜਿਸ ਤਰੀਕੇ ਦਾ ਉਹ ਫਿਲਮ ਦਾ ਮਾਹੌਲ ਸੀ ਉਹ ਉਹੀ ਹੈ, ਕਹਾਣੀਆਂ ਨਵੀਆਂ ਨੇ, ਉਹਦੇ 'ਚ ਅਲੱਗ ਮੁੱਦੇ ਸੀਗੇ, ਸੈਕਿੰਡ ਫਿਲਮ ਦੇ ਵਿੱਚ ਅਲੱਗ ਮੁੱਦੇ ਸੀਗੇ, ਉਹ ਇੱਥੇ ਦੀ ਜਨਰੇਸ਼ਨ ਗੈਪ ਦੀ ਕਹਾਣੀ ਸੀ, ਪਹਿਲੀ ਫਿਲਮ ਦੇ ਵਿੱਚ ਪੰਜਾਬ ਦੇ 5-7 ਮੁੱਦਿਆਂ ਨੂੰ ਚੱਕਿਆ ਗਿਆ ਸੀ, ਕਿਸਾਨਾਂ ਦੀ ਖੁਦਕੁਸ਼ੀ, ਭਰੂਣ ਹੱਤਿਆ, ਸਾਰੀਆਂ ਉਹ ਚੀਜ਼ਾਂ, ਸੋ ਇਹਦੇ 'ਚ ਹੁਣ ਨਵੀਆਂ ਚੀਜ਼ਾਂ ਲੈ ਕੇ ਆਏ ਹਾਂ ਜੀ। ਸੋ ਬਾਕੀ ਇੱਕ ਜਰਨੀ ਆ ਜੀ ਪੰਜਾਬ ਤੋਂ ਲੈ ਕੇ ਤਖ਼ਤ ਸ਼੍ਰੀ ਹਜ਼ੂਰ ਸਾਹਿਬ ਤੱਕ ਦੀ, ਸੋ ਜਰਨੀ ਦੇ ਵਿੱਚ 8-10 ਬੰਦੇ ਬੈਠੇ ਨੇ, ਸਾਰਿਆਂ ਦੀ ਆਪਣੀ ਆਪਣੀ ਕਹਾਣੀ ਆ, ਅਤੇ ਮੈਨੂੰ ਉਮੀਦ ਹੈ ਕਿ ਕੋਈ ਨਾ ਕੋਈ ਕਹਾਣੀ ਤੁਹਾਡੇ ਨਾਲ ਵੀ ਰਿਲੇਟ ਕਰੂਗੀ, ਕਿਉਂਕਿ ਇਹ ਜਦੋਂ ਫਿਲਮ ਲਿਖਦੇ ਹਾਂ ਇਹ ਕਾਲਪਨਿਕ ਜੀ ਨਹੀਂ ਲਿਖੀ ਜਾਂਦੀ, ਇਹ ਲੋਕਾਂ ਦੀ ਜ਼ਿੰਦਗੀ 'ਚੋਂ ਕੱਢੀਆਂ ਹੋਈਆਂ ਗੱਲਾਂ ਨੇ, ਜਿਵੇਂ ਕਈ ਵਾਰੀ ਤੁਹਾਡੇ ਤੋਂ ਸੁਣ ਲਈਆਂ, ਕਈ ਵਾਰੀ ਤੁਹਾਡੇ ਤੋਂ ਸੁਣ ਲਈਆਂ, ਮੈਂ ਜਦੋਂ ਲੋਕਾਂ ਤੋਂ ਸੁਣਦਾ ਵਾਂ ਮੈਂ ਅਬਜ਼ਰਵ ਕਰਦਾ ਵਾਂ, ਕੋਈ ਮੈਨੂੰ ਆਪਣੀ ਕਹਾਣੀ ਦੱਸ ਦਿੰਦਾ ਮੈਂ ਉਹਨੂੰ ਹੋਰ ਆਪਣੇ ਹਿਸਾਬ ਨਾਲ ਸੈੱਟ ਕਰਕੇ ਉਸ ਚੀਜ਼ ਨੂੰ ਬਣਾਉਣ ਦੀ ਕੋਸ਼ਿਸ਼ ਕਰਦਾ, ਕਿਉਂਕਿ ਮੈਨੂੰ ਐਂ ਲੱਗਦਾ ਕਿ ਉਹ ਆਮ ਗੱਲਾਂ 'ਚੋਂ ਛੇਤੀ ਲੋਕਾਂ ਨਾਲ ਰਿਲੇਟ ਕਰਦੀ ਹੈ ਕਿ ਯਾਰ ਹਾਂ ਸਾਡੇ ਚਾਚੇ ਦੇ ਮੁੰਡੇ, ਜੋ ਪਹਿਲੀ ਫਿਲਮ ਲੋਕਾਂ ਨੇ ਦੇਖੀ ਸੀ ਅਰਦਾਸ, ਤਾਂ ਬੜਿਆਂ ਨੇ ਮੈਨੂੰ ਕਿਹਾ ਕਹਿੰਦੇ ਯਾਰ ਸਾਡੇ ਚਾਚੇ ਦਾ ਮੁੰਡੇ ਨਾਲ ਐਂ ਹੋਇਆ ਸੀ, ਤਾਏ ਦੇ ਮੁੰਡੇ ਨਾਲ ਆਏ ਸੀ, ਉਹ ਸ਼ਰਾਬ ਪੀਂਦਾ ਸੀ, ਉਹ ਐਂ ਹੋ ਗਿਆ, ਉਹ ਚੀਜ਼ ਮੈਨੂੰ ਲੱਗਦਾ ਕਿ ਜ਼ਿਆਦਾ ਕਨੈਕਟ ਕਰਦੀ ਆ। ਸੋ ਉੱਦਾਂ ਹੀ ਇਹਦੇ 'ਚ ਕਹਾਣੀਆਂ ਅਲੱਗ ਅਲੱਗ ਨੇ ਜੀ। ਪਹਿਲੀਆਂ ਅਰਦਾਸਾਂ ਦੇ ਵਿੱਚ ਵੀ ਜਦੋਂ, ਕਿਉਂਕਿ ਕੁਛ ਇੱਦਾਂ ਦੇ ਸੀਨ ਸੀਗੇ ਜਿਹਦੇ 'ਚ ਤੁਸੀਂ ਰੋਂਦੇ ਹੋ, ਨੋ ਡਾਊਟ ਇਮੋਸ਼ਨਲ ਹੁੰਦੇ ਹੋ, ਸੈਕਿੰਡ ਅਰਦਾਸ ਦੇ ਵਿੱਚ ਤਾਂ ਮੇਰੇ ਲਈ ਬੜਾ ਵੱਡਾ ਚੈਲੇਂਜ ਸੀਗਾ, ਜਿੱਦਣ ਸਾਡੀ ਸਕਰੀਨਿੰਗ ਸੀਗੀ ਅਤੇ ਭਾਬੀ ਹੋਰਾਂ ਨੇ ਆਉਣਾ ਸੀ ਘੁੱਗੀ ਭਾਅ ਜੀ ਦੀ ਫੈਮਿਲੀ, ਅਤੇ ਉਹ 'ਚ ਘੁੱਗੀ ਭਾਅ ਜੀ ਦੀ ਪ੍ਰੀ ਕਲਾਈਮੈਕਸ 'ਚ ਡੈਥ ਹੋ ਜਾਂਦੀ ਆ, ਅਤੇ ਉਹ ਸੀਨ ਵੀ ਬੜਾ ਇਮੋਸ਼ਨਲ ਸੀ, ਮੈਂ ਕਿਹਾ ਯਾਰ ਅਤੇ ਇਹਨਾਂ ਨੂੰ ਮੈਂ ਪਤਾ ਨਹੀਂ, ਭਾਅ ਜੀ ਨੇ ਵੀ ਘਰ ਦੱਸਿਆ ਹੀ ਨਹੀਂ ਸੀ, ਕਹਿੰਦੇ ਜੀ ਮੈਂ ਦੱਸਤਾ ਤਾਂ ਘਰਦਿਆਂ ਨੇ, ਕਹਿਣਾ ਕਰ ਹੀ ਨਹੀਂ ਇਹ, ਹੈ ਨਾ, ਅਤੇ ਬਟ ਐਤਕੀ ਅਲੱਗ ਵਿਸ਼ੇ ਨੇ, ਨੋ ਡਾਊਟ ਭਾਵਕ ਕਰਨ ਵਾਲੇ ਹੈਗੇ ਨੇ ਅਤੇ ਅਲੱਗ ਚੀਜ਼ਾਂ ਨੇ, ਬਟ ਮੈਨੂੰ ਇੱਦਾਂ ਲੱਗਦਾ ਕਿ ਜਿਹੜੇ ਬੰਦੇ ਸਿਨੇਮੇ ਨੂੰ ਪਿਆਰ ਕਰਦੇ ਨੇ, ਜਿਹੜੇ ਬੰਦੇ ਚਾਹੁੰਦੇ ਆ ਕਿ ਅਸੀਂ ਵਧੀਆ ਫਿਲਮਾਂ ਦੇਖੀਏ, ਜਾਂ ਜਿੱਦਾਂ ਤੁਸੀਂ ਤੁਹਾਡੀ ਗੱਲਬਾਤ ਤੋਂ ਮੈਨੂੰ ਲੱਗਿਆ ਤੁਹਾਨੂੰ ਫਿਲਮ ਬਹੁਤ ਵਧੀਆ ਲੱਗੂਗੀ, ਪਹਿਲੀਆਂ ਦੋਨਾਂ ਨਾਲੋਂ ਤਾਂ ਪੱਕੀ ਵਧੀਆ ਲੱਗੂਗੀ। ਐਕਚੁਅਲੀ ਤਾਂ ਦੇਖਿਆ ਜਾਵੇ ਮੈਂ ਤਾਂ, ਮੈਨੂੰ ਕਿਤੇ ਕਿਤੇ ਐਂ ਲੱਗਦਾ ਜਦੋਂ ਮੈਂ ਪਾਸਟ ਵਾਲੀਆਂ ਆਪਦੀਆਂ ਚੀਜ਼ਾਂ ਦੇਖਦਾ ਤਾਂ ਮੈਨੂੰ ਆਪ ਨੂੰ ਇਹ ਲੱਗਦਾ ਵੀ ਮੈਂ ਹੀ ਸੀਗਾ, ਅਤੇ ਬਹੁਤ ਪੇਸ਼ੈਂਸ ਆਈ ਆ, ਬਹੁਤ ਠਹਿਰਾਓ ਆਇਆ, ਅਤੇ ਡੇ ਬਾਏ ਡੇ ਗਰੋ ਹੋ ਰਹੇ ਹਾਂ, ਕਿਉਂਕਿ ਜਿਹੜੀ ਚੀਜ਼ ਤੁਸੀਂ ਹੰਢਾਉਂਦੇ ਹੋ, ਜਿਹੜੀ ਚੀਜ਼, ਕਿਉਂਕਿ ਜਦੋਂ ਮੈਂ ਲਿਖਦਾ ਫਿਲਮ, ਮੈਂ ਪਹਿਲਾਂ ਲਿਖਦਾ ਹੀ ਨਹੀਂ ਸੀ ਹੁੰਦਾ, ਉਸ ਤੋਂ ਬਾਅਦ ਬਹੁਤ ਫਿਲਮਾਂ ਲਿਖੀਆਂ ਨੇ, ਅਤੇ ਜਦੋਂ ਤੁਸੀਂ ਆਪ ਲਿਖਣ ਲੱਗਦੇ ਹੋ, ਚੀਜ਼ਾਂ ਸੋਚਦੇ ਹੋ, ਇਮੈਜਿਨ ਕਰਦੇ ਹੋ, ਉਹਨਾਂ ਨੂੰ ਜਿਉਂਦੇ ਹੋ, ਅੱਜ ਜਿਹੜਾ ਗੁਰਮੁਖ ਸਿੰਘ ਤੁਸੀਂ ਦੇਖ ਰਹੇ ਹੋ,
ਸੋ ਗੁਰਮੁਖ ਸਿੰਘ ਤੱਕ ਆਉਣ ਤੋਂ ਪਹਿਲਾਂ ਉਹ ਮੈਨੂੰ ਇੱਕ ਵਾਰੀ ਆਪਣੇ ਅੰਦਰ ਦੀ ਹੰਢਾਉਣਾ ਪੈਂਦਾ ਪੂਰੇ ਦਾ ਪੂਰਾ। ਸੋ ਮੇਰੀ ਮੇਰੀ ਪੂਰੀ ਉਹਦੇ ਕਹਿਣਗੋ ਕਿ ਲਾਈਫ ਚੇਂਜ ਹੋਈ ਆ ਇਸ ਫਿਲਮਾਂ ਦੀ ਸੀਰੀਜ਼ ਤੋਂ ਬਾਅਦ। ਸੋ ਮੈਂ ਐਕਚੁਅਲੀ ਪਹਿਲਾਂ ਮੈਂ ਸੋਚਿਆ ਹੀ ਨਹੀਂ ਸੀ ਕਦੇ ਮੈਂ ਇਹ ਸਬਜੈਕਟ ਬਣਾਵਾਂ। ਮੇਰੀ ਵਾਈਫ ਨੇ ਮੈਨੂੰ ਬਹੁਤ ਕਿਹਾ, ਕਹਿੰਦੀ ਕੁਛ ਆਪਾਂ ਨੂੰ ਇੱਦਾਂ ਦੀ ਚੀਜ਼ ਜ਼ਰੂਰ ਬਣਾਉਣੀ ਚਾਹੀਦੀ ਆ ਕਿ ਹੁਣ ਤੁਹਾਡੇ ਕੋਲ ਪਲੈਟਫਾਰਮ ਆ, ਹੁਣ ਇੱਕ ਰਾਈਟ ਚੀਜ਼ ਆ ਵੀ ਜਦੋਂ ਆਪਾਂ ਲੋਕਾਂ ਨੂੰ ਮਿਲਦੇ ਹਾਂ ਦੇਖਦੇ ਹਾਂ ਤਾਂ ਮੈਨੂੰ ਕਹਿੰਦੀ ਇੱਦਾਂ ਫੀਲ ਹੁੰਦਾ ਐਜ਼ ਏ ਆਡੀਅੰਸ ਕਿ ਆਪਾਂ ਇਹ ਚੀਜ਼ ਨਹੀਂ ਬਣਾ ਰਹੇ ਵੀ ਫਿਰ ਕੀ ਆ ਜੇ ਇੱਕ ਫਿਲਮ ਨਹੀਂ ਵੀ ਚੱਲੂਗੀ ਤਾਂ। ਕਹਿੰਦੀ ਕੀ ਆ, ਉੱਦਾਂ ਵੀ ਤਾਂ ਕਈ ਫਿਲਮਾਂ ਫਲੋਪ ਹੋ ਜਾਂਦੀਆਂ ਨੇ। ਅਤੇ ਮੈਨੂੰ ਲੱਗਿਆ, ਮੈਂ ਕਿਹਾ ਯਾਰ ਰਾਈਟ ਗੱਲ ਆ ਕਿ ਇਸ ਸਬਜੈਕਟ ਨੂੰ ਬਣਾਇਆ ਜਾਵੇ। ਪਰ ਵਾਹਿਗੁਰੂ ਦੀ ਐਸੀ ਕਿਰਪਾ ਹੋਈ ਸਾਡੀ ਅਰਦਾਸ ਕੋ, ਕਹਿੰਦੇ ਹੁੰਦੇ ਆ ਕਿ ਦਿਮਾਗੋਂ ਕੀਤੀਆਂ ਅਰਦਾਸਾਂ ਨਹੀਂ ਪਹੁੰਚਦੀਆਂ ਗੀਆਂ, ਦਿਲੋਂ ਕੀਤੀਆਂ ਅਰਦਾਸਾਂ ਹੀ ਪਹੁੰਚਦੀਆਂ ਨੇ। ਸੋ ਮੈਨੂੰ ਇੱਦਾਂ ਲੱਗਿਆ ਜਿਵੇਂ ਬਾਬੇ ਨੇ ਆਪ ਹੀ ਉਂਗਲੀ ਫੜ ਕੇ ਸਾਡੀ ਜਰਨੀ ਨਾ ਪੂਰੀ ਕਰਾਤੀ ਹੁੰਦੀ ਆ। ਬੜੀਆਂ ਪ੍ਰੋਬਲਮ ਆਈਆਂ ਫਿਲਮ ਦੇ ਵਿੱਚ, ਪਹਿਲੀ ਫਿਲਮ ਦੇ ਵਿੱਚ ਸ਼ੂਟ ਕਰਨ ਦੇ ਲਈ ਬੜੀਆਂ ਸਮੱਸਿਆਵਾਂ ਦਾ ਸਾਹਮਣਾ ਕੀਤਾ, ਬਟ ਐਂ ਲੰਘ ਗਿਆ ਕੰਮ ਸਾਰਾ। ਔਰ ਟੱਚ ਵੁੱਡ ਫਿਲਮ ਐਸੀ ਬਣੀ, ਮੈਨੂੰ ਤਾਂ ਬਣਾਉਣ ਤੋਂ ਬਾਅਦ ਜਦੋਂ ਲੋਕਾਂ ਨੇ ਫਿਲਮ ਦੇਖੀ ਉਦੋਂ ਬਾਅਦ ਪਤਾ ਲੱਗਿਆ ਵੀ ਕੀ ਬਣਿਆ ਹੈ, ਹੈ ਨਾ। ਕਿਉਂਕਿ ਪਹਿਲਾਂ ਤਾਂ ਐਂ ਲੱਗਦਾ ਸੀਗਾ ਕਿ ਹਾਂ ਯਾਰ ਇੱਕ ਫਿਲਮ ਬਣਾਈ ਹੈ, ਬਟ ਕੀ ਲੋਕਾਂ ਦਾ ਰਿਸਪੋਂਸ ਜਦੋਂ ਆਇਆ ਉਦੋਂ ਫੀਡਬੈਕ ਮਿਲਿਆ। ਸੋ ਬਹੁਤ ਕੁਛ ਚੇਂਜ ਹੋਇਆ ਜੀ ਲਾਈਫ 'ਚ। ਪੁੱਤਰ ਐਕਚੁਅਲੀ ਇਹ ਸੁਣਨ ਨੂੰ ਇੱਦਾਂ ਲੱਗਦਾ ਹੈ, ਇੰਨਾ ਹਾਰਡ ਨਹੀਂ ਹੈ, ਕਿਉਂਕਿ ਜਿਸ ਟਾਈਮ ਫਿਲਮ ਲਿਖਦੇ ਹਾਂ, ਫਿਲਮ ਬਹੁਤ ਪਹਿਲਾਂ ਲਿਖਦਾ ਮੈਂ, ਇਹ ਨਹੀਂ ਹੈ ਕਿ ਉਹ ਨਾਲ ਨਾਲ ਲਿਖਣੀ ਹੁੰਦੀ ਆ, ਉਹ ਕੰਮ ਫਿਨਿਸ਼ ਹੋ ਜਾਂਦਾ ਵਾ ਦੈਨ ਦੂਸਰਾ ਸਟਾਰਟ ਹੁੰਦਾ ਵਾ। ਅਤੇ ਜਦੋਂ ਦੂਸਰਾ ਫਿਨਿਸ਼ ਹੋ ਜਾਂਦਾ, ਮਿਊਜ਼ਿਕ ਅਸੀਂ ਪਹਿਲਾਂ ਕਰ ਲਿਆ, ਫਿਰ ਉਸ ਤੋਂ ਬਾਅਦ ਜਦੋਂ ਫਿਲਮ ਸ਼ੂਟ ਕਰਨੀ ਹੈ, ਜਦੋਂ ਡਾਇਰੈਕਟ ਸਿਰਫ ਦੋ ਕੰਮ ਰਹਿ ਜਾਂਦੇ ਨੇ, ਐਕਟਿੰਗ ਅਤੇ ਜਦੋਂ ਡਾਇਰੈਕਟਰ ਹੁੰਦਾ, ਉਹ ਇਕੱਠੇ ਹੁੰਦੇ ਨੇ। ਬਟ ਉਹ ਮੇਰੀ ਪੂਰੀ ਟੀਮ ਮੇਰੇ ਨਾਲ ਹੁੰਦੀ ਆ, ਮੈਂ ਸਾਰੀਆਂ ਸੀਨਾਂ ਨੂੰ, ਜੇ ਕੋਈ ਸੀਨ ਕਰਨਾ ਮੈਂ ਆਪ ਕਰਦਾ ਹੁੰਦਾ ਤਾਂ ਮੈਂ ਆਪਣੇ ਬੰਦਿਆਂ ਨੂੰ ਸਮਝਾ ਦਿੰਦਾ, ਐਕਸ਼ਨ ਘੱਟ ਹੀ ਬੋਲਣਾ ਹੁੰਦਾ ਵਾ, ਉਹ ਬੋਲ ਦਿੰਦੇ ਨੇ। ਨਹੀਂ ਤਾਂ ਵੈਸੇ ਮੈਂ ਥੋੜ੍ਹਾ ਢੀਠ ਹਾਂ ਡਾਇਰੈਕਟਰ ਵੀ, ਅਤੇ ਮੈਂ ਉਹ ਵੀ ਆਪ ਹੀ ਬੋਲਦਾ, ਕਈ ਵਾਰੀ ਟੇਕ 'ਚ ਬੈਠਾ ਹੀ ਬੋਲਦਾ ਵਾਂ। ਮੈਨੂੰ ਯਾਦ ਆ ਘੁੱਗੀ ਭਾਅ ਜੀ ਹੁਣੀ ਕਹਿੰਦੇ ਹੁੰਦੇ ਨੇ ਤੂੰ ਕਿੱਦਾਂ ਕਰੇਂਗਾ, ਮੇਰੇ ਛੋਟਾ ਜਿਹਾ ਇੱਕ ਸਕਰੀਨ ਆਪਣੇ ਇੱਥੇ ਪੱਟਾਂ 'ਤੇ ਰੱਖੀ ਹੁੰਦੀ ਆ, ਅਤੇ ਮੈਂ ਜੇ ਇੱਦਾਂ ਬੈਠਾ ਹੁੰਦਾ ਮੈਂ ਨਾਲ ਹੀ ਸੀਨ ਕਰਦਾ, ਹਾਂ ਰੈਡੀ ਰੋਲ ਐਕਸ਼ਨ, ਫਿਰ ਮੈਂ ਉਹ 'ਚ ਦੇਖੀ ਵੀ ਜਾਂਦਾ ਹੁੰਦਾ ਇੱਦਾਂ ਕਰਕੇ ਵੀ ਸਹੀ ਚੱਲ ਰਿਹਾ। ਤੁਸੀਂ ਹੁਣ ਜਦੋਂ ਫਿਲਮ ਦੇਖੋਗੇ ਸ਼ਾਇਦ ਤੁਹਾਨੂੰ ਆਈਡੀਆ ਹੋਜੂ ਵੀ ਮੈਂ ਕਿੱਥੇ ਕਿੱਥੇ ਦੇਖ ਰਿਹਾ, ਕਿੱਥੇ ਕਿੱਥੇ ਕਰ ਰਿਹਾ। ਬਟ ਜੇ ਡਾਇਰੈਕਸ਼ਨ ਆ ਜਿਹੜੀ ਉਹ ਮੇਰਾ ਪੈਸ਼ਨ ਹੈ, ਮੈਨੂੰ ਵਧੀਆ ਲੱਗਦਾ ਕਿ ਮੈਂ ਕੋਈ ਫਿਲਮ ਬਣਾਵਾਂ ਇੱਦਾਂ ਦੀ। ਔਰ ਮੈਨੂੰ ਲੱਗਦਾ ਕਿ ਇਹ ਜਿਸ ਤਰ੍ਹਾਂ ਦੀ ਫਿਲਮ ਹੈ ਅਰਦਾਸ, ਇਸ ਫਿਲਮ ਨੂੰ ਕੋਈ ਨਹੀਂ ਸੀ ਬਣਾਉਂਦਾ, ਅਤੇ ਮੈਨੂੰ ਲੱਗਿਆ ਕਿ ਇਸ ਜੋਨਰ ਨੂੰ ਕੋਈ ਨਹੀਂ ਬਣਾਉਂਦਾ ਤਾਂ ਮੈਂ ਬਣਾਵਾਂ ਤਾਂ ਕੁਛ ਅਲੱਗ ਬਣਾਵਾਂ, ਇਸ ਤਰ੍ਹਾਂ ਦਾ ਬਣਾਵਾਂ। ਔਰ ਮੈਨੂੰ ਮੈਂ ਸ਼ਾਇਦ ਇਸ ਤਰ੍ਹਾਂ ਦੀਆਂ ਫਿਲਮਾਂ ਲਈ ਉਹ ਬਣਿਆ ਵਾਂ। ਸੋ ਅੱਗੇ ਵੀ ਜੇ ਕੋਈ ਬਣਾਊਂਗਾ ਤਾਂ ਕੋਈ ਇੱਦਾਂ ਦਾ ਹੀ ਸਬਜੈਕਟ ਬਣਾਊਂਗਾ। ਭਾਅ ਜੀ ਇਹ ਫਿਲਮ ਤਾਂ ਦੇਖੋ ਸਾਰੀ ਪੰਜਾਬ 'ਚ ਆ, ਇਹਦੇ ਥੋੜ੍ਹੇ ਜਿਹੇ ਸੀਨ 3-4 ਕੁ ਕੈਨੇਡਾ 'ਚ ਸ਼ੂਟ ਹੋਏ ਨੇ, ਵੈਨਕੂਵਰ ਵਾਲੀ ਸਾਈਡ, ਅਤੇ ਬਾਕੀ ਫਿਲਮ ਇਹ ਪੂਰੀ ਉੱਥੇ ਦੀ ਆ, ਜਿਵੇਂ ਮੈਂ ਦੱਸਿਆ ਜਰਨੀ ਆ। ਬਾਕੀ ਜਿਹੜਾ ਤੁਸੀਂ ਪੁੱਛਿਆ ਕਿ ਇੱਥੇ ਫਿਲਮਾਂ ਸ਼ੂਟ ਹੋਇਆ ਕਰਨਗੀਆਂ, ਬਿਲਕੁਲ ਸ਼ੂਟ ਹੋਇਆ ਕਰਨਗੀਆਂ ਜੀ, ਕਿਉਂਕਿ ਲਾਸਟ 1.5 ਸਾਲ ਤੋਂ ਅਸੀਂ ਇਨ ਟੱਚ ਹਾਂ ਇੱਥੇ। ਜਿਵੇਂ ਭਾਅ ਜੀ ਹੋਰੀ ਦੱਸ ਕੇ ਗਏ ਸੀਗੇ ਕਿ ਇੱਥੇ ਗੌਰਮੈਂਟ ਵੱਲੋਂ ਜਿਹੜੇ ਬੈਨੀਫਿਟਸ ਦਿੱਤੇ ਜਾ ਰਹੇ ਨੇ ਉਹਦੇ ਨਾਲ ਅਸੀਂ ਇਨ ਟੱਚ ਹਾਂ। ਮੈਂ ਆਪ ਇੱਥੇ ਰਹਿਣਾ ਵਾਂ, ਇੱਥੇ ਦਾ ਸਿਟੀਜ਼ਨ ਆ। ਸੋ ਸਾਡੀ ਪੁਸ਼ਪਿੰਦਰ ਹੋਰੀ ਇਨ ਟੱਚ ਨੇ ਰੈਗੂਲਰ ਉਹਨਾਂ ਦੇ ਨਾਲ, ਸੋ ਸਾਰੀ ਪ੍ਰੋਪਰ ਵਰਕਿੰਗ ਆ। ਮੈਨੂੰ ਹਮੇਸ਼ਾ ਇੱਕ ਚੀਜ਼ ਲੱਗਦੀ ਹੈ ਜੀ ਕਿ ਫਿਲਮ ਜਦੋਂ ਵੀ ਬਣਾਉਂਦੇ ਹਾਂ, ਫਿਲਮ ਇਹ ਸੋਚ ਕੇ ਕਦੇ ਨਹੀਂ ਬਣਾਈ ਜਾਂਦੀ ਹੈਗੀ ਕਿ ਉਹ ਸ਼ੂਟ ਕਿੱਥੇ ਹੋਣੀ ਆ। ਪਹਿਲਾਂ ਫਿਲਮ ਲਿਖੀ ਜਾਂਦੀ ਆ, ਫਿਲਮ ਦਾ ਇੱਕ ਆਈਡੀਆ ਆਉਂਦਾ ਵਾ, ਉਹਦੇ ਲਈ ਖੁੱਲ੍ਹੀ ਸੋਚ ਹੋਣੀ ਚਾਹੀਦੀ ਆ ਕਿ ਯਾਰ ਆਪਾਂ ਕੀ ਬਣਾ ਰਹੇ ਹਾਂ। ਉਸ ਤੋਂ ਬਾਅਦ ਉਹ ਤੈਅ ਹੁੰਦਾ ਕਿ ਅੱਛਾ ਯਾਰ ਇਹ ਪੰਜਾਬ ਦੀ ਫਿਲਮ ਆ ਜਾਂ ਇਹ ਬਾਹਰ ਦੀ ਫਿਲਮ ਆ, ਕੀ ਇਹ ਫਿਲਮ ਕੈਨੇਡਾ 'ਚ ਸ਼ੂਟ ਹੋਊਗੀ ਜਾਂ ਇੰਗਲੈਂਡ 'ਚ ਸ਼ੂਟ ਹੋਊਗੀ। ਜਦੋਂ ਮੈਂ ਪਿਛਲੀ ਫਿਲਮ ਬਣਾਈ ਸੀ ਅਰਦਾਸ ਕਰਾਂ, ਉਹ ਬਾਹਰ ਦੀ ਫਿਲਮ ਸੀਗੀ,
ਮੈਂ ਉਹਨੂੰ ਇੰਗਲੈਂਡ 'ਚ ਵੀ ਸ਼ੂਟ ਕਰ ਸਕਦਾ ਸੀਗਾ, ਉੱਥੇ ਸਬਸਿਡੀ ਮਿਲਦੀ ਸੀਗੀ, ਬੜਾ ਕੁਛ ਸੀਗਾ, ਪਰ ਮੈਨੂੰ ਲੱਗਿਆ ਨਹੀਂ ਯਾਰ ਇਹ ਸਬਜੈਕਟ ਜ਼ਿਆਦਾ ਕੈਨੇਡਾ 'ਚ ਸੂਟ ਕਰਦਾ ਵਾ, ਇਸ ਲਈ ਮੈਂ ਕੈਨੇਡਾ 'ਚ ਉਹ ਸ਼ੂਟ ਕੀਤੀ। ਸੋ ਹੁਣ ਜਦੋਂ ਆਪਣੇ ਕੋਲ ਅੱਗੇ ਕੋਈ ਸਬਜੈਕਟ ਇੱਦਾਂ ਦਾ ਆਊਗਾ ਤਾਂ ਅਸੀਂ ਉਹਨਾਂ ਨਾਲ ਇੰਟੱਚ ਹਾਂ, ਡੈਫੀਨੇਟਲੀ ਇੱਥੇ ਵਰਕਿੰਗ ਕਰਕੇ ਆਪਾਂ ਇੱਥੇ ਲੈ ਕੇ ਆਵਾਂਗੇ, ਅਤੇ ਡੈਫੀਨੇਟਲੀ ਉਹਦੇ 'ਚ ਜਦੋਂ ਇੱਥੇ ਸ਼ੂਟ ਕਰਾਂਗੇ ਤਾਂ ਬਹੁਤ ਲੋਕ ਇੱਥੇ ਦੇ ਜਿਹੜੇ ਆਰਟਿਸਟ ਨੇ ਐਕਟਰ ਨੇ ਉਹ ਬਹੁਤ ਸਾਨੂੰ ਲੋੜ ਹੋਊਗੀ ਉਹਨਾਂ ਦੀ, ਅਤੇ ਡੈਫੀਨੇਟਲੀ ਵਿੱਚ ਹੋਣਗੇ ਜੀ। ਮੇਰੇ ਖਿਆਲ ਨਾਲ ਜੀ ਇਹ ਦੋਵਾਂ ਨਾਲੋਂ ਅਲੱਗ ਹੈ, ਕਿਉਂਕਿ ਜਿਹੜਾ ਇੱਕ ਓਪੀਨੀਅਨ ਬਿਲਡਰ ਹੈ ਉਹ ਆਪਣਾ ਓਪੀਨੀਅਨ ਦੇ ਸਕਦਾ ਬਟ ਉਹ ਰਿਸਪੋਂਸੀਬਿਲਿਟੀ ਨਹੀਂ ਲੈ ਸਕਦਾ ਕਿਸੇ ਚੀਜ਼ ਲਈ। ਇੱਦਾਂ ਹੀ ਇਨਫਲੈਂਸਰ ਹੈ, ਉਹ ਹੁਣ ਇੱਕ ਰੀਲ ਪਾਈ ਹੈ, ਘੰਟੇ ਬਾਅਦ ਦੂਸਰੀ ਰੀਲ ਪਾ ਦੇਗਾ, ਅਗਲੇ ਦਿਨ ਉਹਦੀ ਪਿਛਲੀ ਰੀਲ ਭੁੱਲ ਜਾਂਦੀ ਹੈ ਉਹਦੀ ਗਾ, ਪਰ ਇਹ ਜਿਹੜੀ ਫਿਲਮ ਇੱਕ ਐਸੀ ਲਾਈਨ ਐਸੀ ਚੀਜ਼ ਹੈ, ਇਹ ਜਦੋਂ ਅੱਜ ਬਣ ਗਈ ਨਾ ਇਹ 40 ਸਾਲ ਬਾਅਦ ਵੀ ਦੇਖੀ ਜਾਣੀ ਹੈ, ਜਦੋਂ 60 ਸਾਲ ਬਾਅਦ ਪੰਜਾਬੀ ਸਿਨੇਮਾ ਕਿਸੇ ਯੂਨੀਵਰਸਿਟੀ 'ਚ ਪੜ੍ਹਾਇਆ ਜਾ ਰਿਹਾ ਹੋਏਗਾ, ਹੋ ਸਕਦਾ ਉਦੋਂ ਅਰਦਾਸ ਸਰਬਤ ਦੇ ਭਲੇ ਦੀ ਸਿਲੇਬਸ 'ਚ ਲੱਗੀ ਹੋਵੇ ਕਿ 60 ਸਾਲ ਪੁਰਾਣਾ ਤੁਸੀਂ ਆਪਣਾ ਜਿਹੜਾ ਸਿਨੇਮਾ ਸੀ ਉਹਦੇ 'ਤੇ ਸਟੱਡੀ ਕਰੋ, ਥੀਸਿਸ ਲਿਖੋ ਉਹਦੇ 'ਤੇ। ਸੋ ਇਨਫਲੂਐਂਸਰ ਜਿਹੜਾ ਇਹ ਸ਼ੋਰਟ ਟਰਮ ਇੱਕ ਲਫ਼ਜ਼ ਹੈ, ਇਨਫਲੂਐਂਸਰ ਕੱਲ੍ਹ ਨੂੰ ਬਦਲ ਜਾਏਗਾ। ਅੱਜ ਅਸੀਂ 2 ਮਹੀਨੇ ਪਹਿਲਾਂ ਜਿਹਦੇ ਤੋਂ ਇਨਫਲੂਐਂਸ ਹੋ ਰਹੇ ਸੀ, ਅਸੀਂ ਹੋ ਸਕਦਾ 2 ਮਹੀਨੇ ਬਾਅਦ ਉਹ ਤੋਂ ਨਾ ਹੋਈਏ। ਇੱਦਾਂ ਹੀ ਓਪੀਨੀਅਨ ਬਿਲਡਰ ਇੱਕ ਟੀਮ ਦੀ ਤੌਰ 'ਤੇ ਕੰਮ ਕਰ ਸਕਦੇ ਨੇ, ਉਹ ਵੀ ਬਦਲ ਸਕਦੇ ਨੇ, ਪਰ ਸਿਨੇਮਾ ਇੱਕ ਰਿਸਪੋਂਸੀਬਲ ਚੀਜ਼ ਹੈ। ਹੁਣੇ ਸਰ ਨੇ ਗੱਲ ਕੀਤੀ ਨਾ ਸ਼ੋਲੇ ਦੇ ਇੱਕ ਡਾਇਲੋਗ ਦੀ ਗੱਲ ਕੀਤੀ ਸੀ, ਉਹ 40 ਸਾਲ ਹੋ ਗਏ ਨੇ, ਉਹ ਲਾਈਨ ਨਹੀਂ ਮਰੀ, ਉਹ ਇੱਕ ਲਫ਼ਜ਼ ਇੱਕ ਡਾਇਲੋਗ ਨਹੀਂ ਮਰਿਆ, ਕਿਤਨੇ ਆਦਮੀ ਥੇ, ਹੈ ਨਾ ਜੀ। ਕਹਿੰਦਾ ਅਰੇ ਉਹ ਸਾਂਬਾ ਸਰਕਾਰ ਕਿਤਨਾ ਇਨਾਮ ਰੱਖੀ ਹੈ ਹਮ ਪੇ, ਸਾਂਬਾ ਨੇ ਪੂਰੀ ਫਿਲਮ 'ਚ ਇੱਕੋ ਹੀ ਡਾਇਲੋਗ ਬੋਲਿਆ ਸੀ, ਕਹਿੰਦਾ ਸਰਦਾਰ ਪੂਰੇ 50,000। ਉਹਨੇ ਸਾਰੀ ਜ਼ਿੰਦਗੀ ਇੱਕ ਲਾਈਨ ਦੀ ਰੋਟੀ ਖਾਧੀ ਹੈ, ਇੱਕ ਲਾਈਨ ਬੋਲ ਕੇ 50,000, ਹੈ ਨਾ, ਇੰਨਾ ਹੀ ਰੱਖਿਆ ਸੀ ਕਿ ਵੱਧ ਘੱਟ ਸੀ? ਮੈਂ ਮੈਂ ਵਧਾ ਘਟਾ ਦਿੰਦੀ, ਜਿੱਦਾਂ ਅਗਲਿਆਂ ਦਾ ਬਜਟ ਹਿੱਲ ਜੇ। ਸੋ ਕਹਿਣ ਦਾ ਮਤਲਬ ਹੈ ਕਿ ਸਿਨੇਮਾ ਸਦੀਵੀ ਹੁੰਦਾ, ਇਹ ਜਿਹੜੀ ਚੀਜ਼ ਸਾਡੇ, ਤੁਸੀਂ ਅੱਜ ਵੀ ਮੈਨੂੰ ਤੁਹਾਡੇ 'ਚੋਂ ਕਿੰਨੇ ਸੱਜਣ ਮਿਲਣਗੇ ਜਿਹੜੇ ਕਹਿਣਗੇ ਭਾਅ ਜੀ ਤੁਹਾਡਾ ਡਰਾਮਾ ਦੇਖਿਆ ਜਿਹਦੇ 'ਚ ਗੱਡੀ ਨਾਲ ਦੌੜਦੇ ਹੁੰਦੇ ਤੁਸੀਂ, ਉਹ ਚੈਂਪੀਅਨ ਗੁੱਟੀ ਕੀਤੀ ਹੈ ਤਾਂ ਭੱਜ ਰਹੇ, ਮੇਰਾ 30 ਸਾਲ ਪੁਰਾਣਾ ਡਰਾਮਾ, ਉਹਦਾ ਇਨਫਲੂਐਂਸ ਅੱਜ ਵੀ ਹੈਗਾ। ਸੋ ਇਹਦੇ ਵਿੱਚ ਇੱਕ ਰਿਸਪੋਂਸੀਬਿਲਿਟੀ ਨਾਂ ਦਾ ਸ਼ਬਦ ਸ਼ਾਮਿਲ ਹੋ ਜਾਂਦਾ। ਸੋ ਅਸੀਂ ਜੋ ਵੀ ਕਰਦੇ ਹਾਂ ਇੱਕ ਰਿਸਪੋਂਸੀਬਿਲਿਟੀ ਲੈ ਕੇ ਕਰਦੇ ਹਾਂ ਕਿ ਇਹ ਚੀਜ਼ ਬਹੁਤ ਲੰਬੇ ਅਰਸੇ ਤੱਕ ਦੇਖੀ ਜਾਣੀ। ਡਿਫਰੈਂਸ ਇਹੀ ਹੈ ਦੈਟ ਪੰਜਾਬੀ ਫੈਮਿਲੀ ਸਿੱਖ ਫੈਮਿਲੀ ਤੋਂ ਆਉਂਦੀਆਂ, ਅਤੇ ਇਟ ਫੀਲਸ ਲਾਈਕ ਹੋਮ ਵੈਨ ਆਈ ਵਰਕ ਹੇਅਰ, ਦਾ ਕਲਚਰ ਇਜ਼ ਸੋ ਫੈਮਿਲੀਅਰ ਐਂਡ ਮੈਨੂੰ ਬਹੁਤ ਕੁਝ ਸਿੱਖਣ ਨੂੰ ਮਿਲ ਰਿਹਾ ਹੈ। ਸਪੈਸ਼ਲੀ ਆਈ ਐਮ ਵਰਕਿੰਗ ਅ ਲੋਟ ਔਨ ਲੈਂਗੁਏਜ, ਬਿਕੋਜ਼ ਬੋਂਬੇ 'ਚ ਰਹਿ ਕੇ ਪੰਜਾਬੀ 'ਚ ਇੰਨੀ ਯੂ ਨੋ ਗੱਲਬਾਤ ਨਹੀਂ ਹੁੰਦੀ, ਅਤੇ ਉਹ ਟੱਚ ਛੂਟਦਾ ਜਾ ਰਿਹਾ ਥਾ। ਸੋ ਆਈ ਐਮ ਫਾਈਂਡਿੰਗ ਮਾਈ ਰੂਟਸ ਬੈਕ ਐਂਡ ਇਟ ਫੀਲਸ ਰੀਅਲੀ ਗੁੱਡ, ਮਾਈ ਪੇਰੈਂਟਸ ਆਰ ਵੈਰੀ ਹੈਪੀ ਐਂਡ ਪ੍ਰਾਊਡ ਅਬਾਊਟ ਇਟ, ਦੈਟਸ ਅਬਾਊਟ ਇਟ। ਬਿਕੋਜ਼ ਐਜ਼ ਐਨ ਆਰਟਿਸਟ ਆਈ ਨੋ ਮੈਂ ਅਲੱਗ ਅਲੱਗ ਥਾਵਾਂ 'ਤੇ ਜਾਵਾਂਗੀ, ਕੰਮ ਕਰਾਂਗੀ ਡਿਫਰੈਂਟ ਡਿਫਰੈਂਟ ਲੈਂਗੁਏਜਿਸ ਵਿੱਚ, ਬਟ ਇੱਥੇ ਆਈ ਫੀਲ ਹੋਮ, ਸੋ ਦਿਸ ਵਿਲ ਆਲਵੇਜ਼ ਬੀ ਮਾਈ ਕੰਫਰਟ ਜ਼ੋਨ। ਕੋਈ ਵੀ ਫਰੈਂਚਾਈਜ਼ੀ ਫਿਲਮ ਚੱਲ ਜਾਂਦੀ ਆ, ਪਹਿਲੀ ਅਰਦਾਸ ਅਤੇ ਦੂਜੀ ਅਰਦਾਸ 'ਚ 3 ਸਾਲਾਂ ਦਾ ਫਰਕ ਸੀ, ਦੂਜੀ ਅਰਦਾਸ ਵੇਲੇ ਬਿਜ਼ਨਸ ਬਹੁਤ ਵਧੀਆ ਹੋ ਗਿਆ ਪਰ ਅਸੀਂ ਬਣਾਈ ਨਹੀਂ, ਉਹਨੂੰ 5 ਸਾਲ ਲੱਗ ਗਏ, ਕਿਉਂਕਿ ਮੈਂ ਪਹਿਲਾਂ ਵੀ ਦੱਸਿਆ ਕਿ ਇਹ ਫਿਲਮ ਸਿਰਫ ਬਿਜ਼ਨਸ ਲਈ ਨਹੀਂ ਬਣਾਈ ਜਾਂਦੀ। ਜਿਹੜੀ ਮੈਂ ਤੁਹਾਨੂੰ ਵਾਰ ਵਾਰ ਇਹ ਗੱਲ ਕਹਿ ਰਿਹਾ ਵੀ ਇਹਨੂੰ ਪ੍ਰਮੋਟ ਕਰੀਏ, ਉਹਦਾ ਮਤਲਬ ਸਿਰਫ ਇਹ ਨਹੀਂ ਹੈ ਕਿ ਇਸ ਫਿਲਮ ਦਾ ਬਿਜ਼ਨਸ ਜ਼ਿਆਦਾ ਹੋ ਜਾਵੇ,
ਉਹਦੇ ਨਾਲ ਕੀ ਹੋਊਗਾ ਵੀ ਉਹਦੇ ਨਾਲ ਇਹੋ ਜਿਹੀਆਂ ਫਿਲਮਾਂ ਲਈ ਬਾਕੀ ਪ੍ਰੋਡਿਊਸਰਾਂ ਦਾ ਹੌਸਲਾ ਖੁੱਲ੍ਹ ਜੂਗਾ, ਉਹ ਇਸ ਤਰ੍ਹਾਂ ਦੀਆਂ ਫਿਲਮਾਂ ਆਪਣੇ ਕਲਚਰ 'ਤੇ ਆਪਣੀ ਹਿਸਟਰੀ 'ਤੇ ਇੱਦਾਂ ਦੀਆਂ ਫਿਲਮਾਂ ਹੋਰ ਆਉਣ ਲੱਗ ਜਾਣਗੀਆਂ। ਸੋ ਇਸ ਫਿਲਮ ਦੇ ਵਿੱਚ ਅਸੀਂ ਉੱਨੀ ਦੇਰ ਇਹ ਫਿਲਮ ਫਲੋਰ 'ਤੇ ਲੈ ਕੇ ਹੀ ਨਹੀਂ ਸੀ ਜਾਣੀ ਜਿੰਨੀ ਦੇਰ ਸਾਨੂੰ ਪੂਰੀ ਤਸੱਲੀ ਨਹੀਂ ਸੀ, ਕਿਉਂਕਿ ਇਸ ਫਿਲਮ ਲਈ ਪਹਿਲੀਆਂ 200/100 ਨੰਬਰਾਂ ਨਾਲ ਤੁਸੀਂ ਪਾਸ ਕੀਤੀਆਂ। ਸੋ ਉਸ ਤੋਂ ਬਾਅਦ ਐਡੀ ਜ਼ਿੰਮੇਵਾਰੀ ਵੱਧ ਗਈ ਇਹ, ਮੈਂ ਖੁਦ ਬਹੁਤ, ਕਿਉਂਕਿ ਤੁਸੀਂ ਦੇਖੋ ਐਜ਼ ਏ ਰਾਈਟਰ ਤੋਂ ਲੈ ਕੇ ਐਜ਼ ਏ ਪ੍ਰੋਡਿਊਸਰ ਤੋਂ ਲੈ ਕੇ ਲਿਖਣੀ ਵੀ ਆਪ ਸੀ, ਡਾਇਰੈਕਟ ਵੀ ਕੀਤੀ ਆ, ਪ੍ਰੋਡਿਊਸਰ ਵੀ ਹਾਂ। ਸੋ ਮੈਨੂੰ ਐਂ ਸੀ, ਮੈਂ ਕਿਹਾ ਯਾਰ ਕੋਈ ਵੀ ਗੜਬੜ ਨਾ ਹੋਵੇ। ਮੈਂ ਪਹਿਲਾਂ ਇੱਕ ਫਿਲਮ ਦੇ ਉੱਤੇ ਬਹੁਤ ਟਾਈਮ ਕੰਮ ਕੀਤਾ 2 ਸਾਲ ਪਹਿਲਾਂ, ਉਹ ਸਬਜੈਕਟ ਵੀ ਬਹੁਤ ਵਧੀਆ ਸਬਜੈਕਟ ਸੀ, ਮੈਂ ਭਾਅ ਜੀ ਨੂੰ ਸੁਣਾਇਆ ਵੀ, ਪਰ ਸਾਨੂੰ ਫਿਰ ਵੀ ਕਿਤੇ ਲੱਗਿਆ ਕਿ ਯਾਰ ਇਹ ਅਰਦਾਸ ਨਹੀਂ, ਵੀ ਸ਼ਾਇਦ ਲੋਕ ਬਹੁਤ ਜ਼ਿਆਦਾ ਐਕਸਪੈਕਟ ਕਰ ਰਹੇ ਹੋਣਗੇ ਵੀ ਕੁਛ ਬਹੁਤ ਹੀ ਵਧੀਆ ਹੋਊਗਾ। ਫਿਰ ਮੈਂ ਦੁਬਾਰਾ ਬੈਠਿਆ ਕਿ ਯਾਰ ਕੁਛ ਹੋਰ ਲਿਖਦੇ ਹਾਂ। ਸੋ ਕਰਦੇ ਕਰਦੇ ਜਦੋਂ ਜਿੰਨਾ ਚਿਰ ਇਹ ਸਬਜੈਕਟ ਆਇਆ ਨਹੀਂ ਦਿਮਾਗ 'ਚ, ਉੱਨੀ ਦੇਰ ਅਸੀਂ ਸ਼ੁਰੂ ਹੀ ਨਹੀਂ ਕੀਤਾ। ਸੋ ਮੈਨੂੰ ਲੱਗਦਾ ਕਿ ਬਹੁਤ ਨਵੀਆਂ ਕਹਾਣੀਆਂ, ਨਵੇਂ ਤਰੀਕੇ ਦੀ ਕਹਾਣੀ ਇਹ 'ਚ ਤੁਹਾਨੂੰ ਦੇਖਣ ਨੂੰ ਮਿਲੂਗੀ, ਔਰ ਤੁਸੀਂ ਇੰਸਪਾਇਰ ਵੀ ਹੋਵੋਗੇ, ਮੋਟੀਵੇਟ ਵੀ ਹੋਵੋਗੇ, ਔਰ ਮੈਨੂੰ ਲੱਗਦਾ ਕਿ ਸਾਨੂੰ ਤੁਸੀਂ ਪਿਆਰ ਵੀ ਦਿਓਗੇ। ਥੈਂਕ ਯੂ ਸੋ ਮਚ। ਥੈਂਕ ਯੂ ਭਾਅ ਜੀ। ਮੈਂ ਤਾਂ ਵੈਸੇ ਡਰ ਗਿਆ ਸੀ, ਮੈਂ ਕਿਹਾ ਬਾਈ ਕਵੇ ਨਾ ਬਾਈ ਮੇਰਾ ਪੈਨ ਮੋੜ ਦਿਓ। ਦੇਖੋ ਜੇ ਮੈਂ ਮੋੜਤਾ ਇਹਨੇ ਭੁੱਲ ਜਾਣਾ, ਹੁਣ ਇਹਨੂੰ ਯਾਦ ਆ ਵੀ ਮੇਰਾ ਪੈਨ ਨਹੀਂ ਦਿੱਤਾ ਇਹਨੇ।